ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਜਤ ਪਲਤਾ ਗਲੋਬਲ ਫਲਾਇਰਸ ਤੋਂ ਅੱਜ ਲੈ ਕੇ ਆਏ ਹਾਂ ਆਪਾਂ ਇੱਕ ਡੈਡੀਕੇਟਡ ਵੀਡੀਓ ਯੂਕੇ 'ਤੇ। ਇਹਦੇ ਵਿੱਚ ਆਪਾਂ ਚਾਰ ਮੇਨ ਪੁਆਇੰਟਸ ਕਵਰ ਕਰਾਂਗੇ ਯੂਕੇ ਦੇ। ਸਾਰਿਆਂ ਨਾਲੋਂ ਪਹਿਲਾ ਪੁਆਇੰਟ ਰਹੇਗਾ ਕਿ ਯੂਕੇ ਨੇ ਕੁਝ ਕੰਪਨੀਆਂ ਨੂੰ ਡੀਲਿਸਟ ਕਰਿਆ ਜਿਹੜੀਆਂ ਕਿ ਹੁਣ ਤੁਹਾਨੂੰ ਵਰਕ ਪਰਮਿਟ ਨਹੀਂ ਦੇ ਸਕਦੀਆਂ, ਕੌਸ ਨਹੀਂ ਦੇ ਸਕਦੀਆਂ। ਸੈਕਿੰਡ ਡਿਸਕਸ਼ਨ ਆਪਾਂ ਕਰਾਂਗੇ ਜਿਹੜਾ ਕਿ ਯੂਕੇ 'ਚ ਫਰੋਡ ਹੋ ਰਿਹਾ ਵਰਕ ਪਰਮਿਟ ਨੂੰ ਲੈ ਕੇ, ਜੋ ਕੌਸ 'ਤੇ ਫਰੋਡ ਹੋ ਰਿਹਾ ਕੁਛ ਏਜੰਟਸ ਕਰ ਰਹੇ ਆ ਮਾਰਕੀਟ 'ਚ, ਉਹਦੇ 'ਤੇ ਆਪਾਂ ਡਿਸਕਸ਼ਨ ਕਰਾਂਗੇ। ਅਤੇ ਤੀਸਰਾ ਪੁਆਇੰਟ ਸਾਡੀ ਵੀਡੀਓ ਦਾ ਰਹੇਗਾ, ਜੋ ਤੁਸੀਂ ਯੂਕੇ ਸਟੱਡੀ ਕਰਨ ਜਾਂਦੇ ਹੋ ਕਿ ਤੁਸੀਂ ਈਚ 5.5 ਨਾਲ ਪੜ੍ਹ ਸਕਦੇ ਹੋ ਯੂਕੇ ਜਾ ਕੇ, ਜਾਂ ਵਿਦਾਊਟ ਆਇਲਸ ਹਜੇ ਵੀ ਕੋਈ ਯੂਨੀਵਰਸਿਟੀਜ਼ ਅਵੇਲੇਬਲ ਪਈਆਂ ਯੂਕੇ 'ਚ ਜੋ ਤੁਹਾਨੂੰ ਵਿਦਾਊਟ ਆਇਲਸ ਤੁਹਾਨੂੰ ਉੱਥੇ ਐਡਮਿਸ਼ਨ ਦੇ ਦੇਣ, ਤੁਹਾਡਾ ਵੀਜ਼ਾ ਆ ਜਾਵੇ। ਅਤੇ ਥਰਡ ਅਤੇ ਲਾਸਟ ਪੁਆਇੰਟ ਸਾਡਾ ਰਹੇਗਾ ਡਿਸਕਸ਼ਨ ਦਾ, ਜੋ ਕਿ ਆਪਾਂ ਪੈਕੇਜ ਕਰਦੇ ਹਾਂ, ਪੈਕੇਜ ਕੀ ਇਨਕਲੂਡ ਹੁੰਦਾ ਯੂਕੇ ਦੇ, ਕੀ ਨਹੀਂ ਇਨਕਲੂਡ ਹੁੰਦਾ, ਉਹ ਲਾਸਟ ਪੁਆਇੰਟ ਆਪਾਂ ਡਿਸਕਸ਼ਨ ਦਾ ਰੱਖਾਂਗੇ। ਸੋ ਚੱਲਦੇ ਹਾਂ ਵੀਡੀਓ ਦੇ ਫਸਟ ਪਾਰਟ ਵੱਲ। ਇਹਦੇ ਵਿੱਚ ਆਪਾਂ ਕਵਰ ਕਰਾਂਗੇ ਯੂਕੇ ਦੇ ਵਰਕ ਵੀਜ਼ਾ 'ਤੇ ਜੋ ਇੰਪੈਕਟ ਪਿਆ ਇਸ ਟਾਈਮ 'ਤੇ। ਕੁਛ ਕੰਪਨੀਜ਼ ਯੂਕੇ ਦੀ ਗਵਰਨਮੈਂਟ ਨੇ ਬੈਨ ਕਰਤੀਆਂ ਜਾਂ ਰਿਵੋਕ ਕਰਤੀਆਂ, ਜਾਂ ਲਾ ਲਓ ਵੀ ਉਹਨਾਂ ਦਾ ਕੌਸ ਅੱਜ ਤੋਂ ਵੱਧ ਵੈਲਿਡ ਨਹੀਂ ਹੋਏਗਾ। ਜੇ ਤੁਸੀਂ ਯੂਕੇ ਦਾ ਕਿਤੇ ਵਰਕ ਪਰਮਿਟ ਲਵਾਉਣ ਚੱਲੇ ਹੋ ਅਤੇ ਤੁਹਾਨੂੰ ਇਸ ਕੰਪਨੀ ਦਾ ਕੌਸ ਮਿਲਿਆ, ਤਾਂ ਤੁਸੀਂ ਵਰਕ ਪਰਮਿਟ ਲਈ ਐਲੀਜੀਬਲ ਨਹੀਂ ਰਹੋਗੇ। ਮੇਰਾ ਇਸ ਵੀਡੀਓ 'ਚ ਇਹ ਬਣਾਉਣ ਦਾ ਮਕਸਦ ਇਹੋ ਹੈ ਕਿ ਤੁਸੀਂ ਕਿਤੇ ਵੀ ਜਾਓ, ਇਹ ਨਾ ਹੋਵੇ ਤੁਹਾਡੇ ਡੀਲਿਸਟ ਕੰਪਨੀ ਦਾ ਤੁਹਾਨੂੰ ਕੋਈ ਏਜੰਟ ਕੋਸ ਦੇ ਦੇ। ਕਿਉਂਕਿ ਦੇਖੋ, ਬਹੁਤ ਤੁਹਾਡੇ ਫਰੈਂਡਸ ਹੋਣਗੇ ਜਿਹੜੇ ਪਹਿਲਾਂ ਉਸ ਕੰਪਨੀ 'ਤੇ ਵਰਕ ਪਰਮਿਟ 'ਤੇ ਗਏ ਹੋਣਗੇ, ਤੁਹਾਨੂੰ ਵੀ ਕੋਸ ਦੇਖ ਕੇ ਯਕੀਨ ਹੋ ਜੂਗਾ ਵੀ ਹਾਂ ਮੇਰਾ ਫਰੈਂਡ ਜਾਂ ਸਾਡਾ ਕੋਈ ਰਿਸ਼ਤੇਦਾਰ ਇਸ ਕੰਪਨੀ 'ਤੇ ਪਹਿਲਾਂ ਵਰਕ ਪਰਮਿਟ 'ਤੇ ਗਿਆ। ਬਟ ਉਹ ਕੰਪਨੀਆਂ ਅੱਜ ਦੇ ਟਾਈਮ 'ਤੇ ਯੂਕੇ ਨੇ ਡੀਲਿਸਟ ਕਰਤੀਆਂ, ਤੁਸੀਂ ਕਿਸੇ ਵੀ ਧੋਖੇ ਧੜੀ ਦਾ ਜਾਂ ਫਰੋਡ ਦਾ ਸ਼ਿਕਾਰ ਨਾ ਹੋ ਜੂ। ਸੋ ਕੁਛ ਨਾਮ ਨੇ ਮੇਰੇ ਮੂਹਰੇ ਪਏ, ਮੈਂ ਬੋਲਣਾ ਚਾਹੂੰਗਾ, ਲਿਸਟ ਹੈ ਪੂਰੀ, ਜਿਵੇਂ ਕਿ ਏਅਰ ਆਰਕੀਟੈਕਟਸ ਲਿਮਿਟਡ ਹੈ, ਆਰਟੀਕਲ 25 ਹੈ, ਚੇਸ ਰੈਸਟ ਹੋਮ ਲਿਮਿਟਡ ਹੈ, ਐਂਬਰ ਗਰੁੱਪ ਲਿਮਿਟਡਸ ਹੈ, ਕਿਊ ਕੈਪੀਟਲ ਹੈਗਾ, ਹੋਰ ਬੜੇ ਨਾਮ ਨੇ। ਮੈਂ ਤੁਹਾਨੂੰ ਸਾਰੀ ਲਿਸਟ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ। ਸੋ ਬੜੇ ਹੀ ਧਿਆਨ ਨਾਲ ਆਪਣਾ ਵੀਜ਼ਾ ਪ੍ਰੋਸੈਸ ਕਰਾਓ ਜੇ ਕੋਈ ਵੀ ਕਰਦਾ ਪਿਆ। ਇੱਕ ਅਨਾਊਂਸਮੈਂਟ ਹੋਰ, ਇਹਦੇ ਵਿੱਚ ਸਾਡੀ ਕੰਪਨੀ ਵਰਕ ਵੀਜ਼ਾ 'ਚ ਅਪਡੇਟ ਕੋਈ ਵੀ ਸੋਰੀ ਕੰਮ ਨਹੀਂ ਕਰਦੀ ਹੈ। ਅਸੀਂ ਸਿਰਫ ਤੁਹਾਨੂੰ ਅਪਡੇਟ ਦੇਣ ਲਈ ਇਹ ਵੀਡੀਓ ਦਾ ਪਿਓਰਲੀ ਜਿਹੜਾ ਮਕਸਦ ਹੈਗਾ, ਤੁਹਾਨੂੰ ਸੁਚੇਤ ਕਰਨਾ, ਤੁਹਾਨੂੰ ਅਵੇਅਰ ਕਰਨਾ ਵੀ ਤੁਸੀਂ ਕਿਸੇ ਫਰੋਡ ਏਜੰਟ ਦੇ ਹੱਥ ਨਾ ਚੜ ਜਿਓ। ਇੱਕ ਚੀਜ਼ ਹੋਰ, ਜਿਹੜੀਆਂ ਮੈਂ ਕੰਪਨੀ ਦੀ ਲਿਸਟ ਇਸ ਡਿਸਕ੍ਰਿਪਸ਼ਨ 'ਚ ਪਾਊਂਗਾ, ਉਹ ਟੋਟਲੀ ਨਵੀਂ ਲਿਸਟ ਹੈ, ਉਹ 25th of January 2024 ਨੂੰ ਰਿਲੀਜ਼ ਕਰੀ ਹੈ ਗਵਰਨਮੈਂਟ ਨੇ, ਉਹ ਲਿਸਟ ਤੁਸੀਂ ਡਿਸਕ੍ਰਿਪਸ਼ਨ ਜਾ ਕੇ ਚੈੱਕ ਕਰ ਸਕਦੇ ਹੋ। ਵੀ ਚੱਲਦੇ ਹਾਂ ਆਪਾਂ ਵੀਡੀਓ ਦੇ ਦੂਸਰੇ ਪਾਰਟ ਵੱਲ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਯੂਕੇ ਵਰਕ ਪਰਮਿਟ ਨੂੰ ਲੈ ਕੇ ਮਾਰਕੀਟ 'ਚ ਕਿਵੇਂ ਫਰੋਡ ਹੋ ਰਿਹਾ। ਸੋ ਇਹਦੇ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ ਨੇ। ਸਾਰੇ ਏਜੰਟਸ, ਮੈਂ ਇਹ ਨਹੀਂ ਕਹਿ ਰਿਹਾ ਮਾਰਕੀਟ 'ਚ ਕੋਈ ਬੁਰੇ ਬੈਠੇ ਜਾਂ ਚੰਗੇ ਬੈਠੇ ਆ, ਬਹੁਤ ਮਿਕਸ ਨੇ, ਕੁਛ ਚੰਗੇ ਵੀ ਹੈਗੇ, ਕੁਛ ਬੁਰੇ ਵੀ ਹੈਗੇ ਹੈ। ਸੋ ਤੁਸੀਂ ਫਰੋਡ ਤੋਂ ਕਿਵੇਂ ਬਚਣਾ ਉਹਦੀ ਮੈਂ ਟੈਕਸ ਦੱਸੂੰਗਾ, ਤੁਹਾਨੂੰ ਕਿਵੇਂ ਗੱਲ ਕਰਨੀ ਹੈ, ਕੀ ਕਰਨਾ, ਉਹ ਇਸ ਵੀਡੀਓ ਵਿੱਚ ਐਕਸਪਲੇਨ ਕਰੂੰਗਾ ਤੁਹਾਨੂੰ ਮੈਂ। ਮਾਰਕੀਟ 'ਚ ਹੁਣ ਕੀ ਚੱਲ ਰਿਹਾ ਮੋਸਟਲੀ, ਵੀ ਤੁਸੀਂ ਅਸੀਂ ਤੁਹਾਡਾ ਵਰਕ ਪਰਮਿਟ ਲਵਾ ਕੇ ਦੇਵਾਂਗੇ, ਸਮਹਾਓ ਕਿਸੇ ਵੀ ਮਨੀ 'ਚ ਗੱਲ ਹੋ ਜਾਂਦੀ ਵੀ ਇੰਨੀ ਮਨੀ ਤੁਹਾਡੇ ਤੋਂ ਅਸੀਂ ਵਰਕ ਪਰਮਿਟ ਤੋਂ ਬਾਅਦ ਲਵਾਂਗੇ। ਸੋ ਬੜੀਆਂ ਥਾਵਾਂ 'ਤੇ ਇਹ ਹੁੰਦਾ ਵੀ ਕੋਸ ਤੋਂ ਬਾਅਦ ਤੁਹਾਡੇ ਤੋਂ ਅਸੀਂ ਇੰਨੇ ਰੁਪਏ ਲੈ ਲਾਂਗੇ, 50% ਜਾਂ 70% ਆਫ ਅਮਾਊਂਟ ਅਸੀਂ ਕੋਸ ਤੋਂ ਬਾਅਦ ਲੈ ਲਾਂਗੇ, ਬਾਕੀ ਵੀਜ਼ੇ ਤੋਂ ਬਾਅਦ ਲਵਾਂਗੇ। ਸੋ ਕੋਈ ਵੀ ਏਜੰਟ ਜੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਪੈਕੇਜ ਕਰਦਾ ਵੀ ਕੋਸ ਤੋਂ ਬਾਅਦ ਪੇਮੈਂਟ ਲੈ ਰਿਹਾ, ਤਾਂ ਤੁਸੀਂ ਉਸ ਪੈਕੇਜ ਨੂੰ ਮਨ੍ਹਾ ਕਰ ਦਿਓ, ਅਗਰ ਤੁਸੀਂ ਫਰੋਡ ਤੋਂ ਬਚਣਾ ਚਾਹੁੰਦੇ ਹੋ ਤਾਂ। ਸੈਕਿੰਡਲੀ, ਜਦੋਂ ਤੁਹਾਡਾ ਵੀਜ਼ਾ ਆ ਵੀ ਜਾਂਦਾ ਹੈ, ਉਹਨੂੰ ਚੰਗੀ ਤਰ੍ਹਾਂ ਵੈਰੀਫਾਈ ਕਰਾ ਲਓ ਪਹਿਲਾਂ, ਸਹੀ ਹੈ ਯੂਕੇ ਦੀ ਵੈਬਸਾਈਟ 'ਤੇ ਜਾ ਕੇ ਆਪਣਾ ਟਰੈਕਿੰਗ ਨੰਬਰ ਪਾ ਕੇ, GWF ਨੰਬਰ ਪਾ ਕੇ ਵੈਰੀਫਾਈ ਕਰ ਲਓ ਤੁਹਾਡਾ ਵੀਜ਼ਾ ਓਰਿਜਨਲ ਵੀ ਹੈ ਜਾਂ ਡੁਪਲੀਕੇਟ ਹੈ, ਕਿਉਂਕਿ ਮਾਰਕੀਟ 'ਚ ਡੁਪਲੀਕੇਟ ਵੀਜ਼ੇ ਵੀ ਬਹੁਤ ਇਸ਼ੂ ਹੋ ਰਹੇ ਨੇ, ਜੋ ਕਿ ਪ੍ਰਿੰਟ ਕਰਕੇ ਤੁਹਾਡਾ ਪਾਸਪੋਰਟ ਵੀ ਖਰਾਬ ਕਰ ਦਿੰਦੇ ਏਜੰਟ, ਅਤੇ ਪਲੱਸ ਤੁਹਾਡਾ ਪੈਸਾ ਵੀ ਲੈ ਕੇ ਫਰਾਰ ਹੋ ਜਾਂਦੇ ਹੈ। ਸੋ ਇਹਦੇ ਤੋਂ ਬਚਣ ਦੀ ਇੱਕੋ ਹੀ ਹੈ ਤੁਹਾਡਾ, ਜੇ ਤੁਸੀਂ ਥੋੜ੍ਹਾ ਜਿਹਾ ਸੁਚੇਤ ਹੋ ਜਾਓਗੇ, ਥੋੜ੍ਹਾ ਜਿਹਾ ਅਵੇਅਰ ਰਹੋਗੇ, ਐਸੇ ਇੱਕ ਚੀਜ਼ ਨਾਲ ਤੁਸੀਂ ਬਚ ਸਕਦੇ ਹੋ ਮਾਰਕੀਟ 'ਚ ਫਰੋਡ ਤੋਂ। ਸਾਡੇ ਕੋਲ ਇੱਕ ਕੇਸ ਆਇਆ ਸੀ ਜਿਹਦੇ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ, ਉਹ ਸਾਡੇ ਨੇੜ ਦੇ ਪਿੰਡਾਂ ਦਾ ਕੋਈ ਕੇਸ ਸੀਗਾ, ਉਹਨਾਂ ਨੇ ਕਿਤੋਂ ਵਰਕ ਪਰਮਿਟ ਲਵਾਇਆ ਸੀ ਕਿਸੇ ਏਜੰਟ ਤੋਂ। ਸੋ ਉਹ ਲੜਕੀ ਨਾਲ ਫਰੋਡ ਹੋਇਆ, ਉਹਨਾਂ ਦੇ 25 ਲੱਖ ਰੁਪਈਆ ਇਸ ਸਿਨੈਰੀਓ ਵਿੱਚ ਖਰਾਬ ਹੋ ਗਿਆ, ਕਿਉਂਕਿ ਵੀਜ਼ਾ ਡੁਪਲੀਕੇਟ ਲਾ ਕੇ ਦਿੱਤਾ ਸੀ ਏਜੰਟ ਨੇ। ਸੋ ਤੁਸੀਂ ਥੋੜ੍ਹੇ ਜਿਹੇ ਸੁਚੇਤ ਰਹੋ, ਏਜੰਟ 'ਤੇ ਇੰਨੇ ਅੱਖਾਂ ਮੀਚ ਕੇ ਭਰੋਸਾ ਨਾ ਕਰੋ। ਥਰਡਲੀ, ਜੇ ਕੋਈ ਵੀ ਤੁਸੀਂ ਪੇਮੈਂਟ ਕਰਦੇ ਪਏ ਹੋ ਏਜੰਟ ਨੂੰ, ਟਰਾਈ ਕਰੋ ਸਾਰੀ ਬਾਏ ਕੈਸ਼ ਨਾ ਕਰੋ, ਸਾਰੀ ਔਨਲਾਈਨ ਕਰੋ, ਆਪਦੇ ਖਾਤੇ 'ਚੋਂ ਕਰੋ, ਥਰੂ ਚੈੱਕ ਕਰੋ, ਨੈੱਟ ਬੈਂਕਿੰਗ ਨਾਲ ਕਰੋ, ਤੁਹਾਡੇ ਕੋਲ ਪਰੂਫ ਰਹਿ ਜਾਏਗਾ। ਉਹ ਬੱਚੇ ਦਾ ਹੁਣ 25 ਲੱਖ ਦਾ ਨੁਕਸਾਨ ਹੋਇਆ, ਪਲੱਸ ਉਹਦੇ ਕੋਲ ਕੋਈ ਪਰੂਫ ਨਹੀਂ ਹੈਗਾ ਉਹ ਬੱਚੇ ਨੇ ਪੈਸੇ ਦਿੱਤੇ ਆ। ਸੋ ਇਹ ਚੀਜ਼ਾਂ ਤੋਂ ਬਚਣ ਲਈ ਟਰਾਈ ਕਰੋ, ਜੇ ਤੁਹਾਡੇ ਕੋਲ ਪਰੂਫ ਹੋਣਗੇ, ਤੁਸੀਂ ਪੇਮੈਂਟ ਔਨਲਾਈਨ ਪਾਈ ਹੋਊਗੀ, ਤਾਂ ਤੁਹਾਡੇ ਨਾਲ ਸਰਕਾਰ ਵੀ ਖੜੂਗੀ, ਤੁਹਾਡੇ ਨਾਲ ਅਦਾਲਤ ਵੀ ਖੜੂਗੀ, ਕੋਈ ਕੇਸ ਵੀ ਬਣ ਜੂਗਾ ਉਹ ਬੰਦਿਆਂ 'ਤੇ। ਸੋ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖ ਕੇ ਤੁਸੀਂ ਸਟੈਪਸ ਲੈਣੀ ਹੈ। ਜੇ ਤੁਸੀਂ ਕੋਈ ਹੋਰ ਪ੍ਰੋਬਲਮ ਹੈ, ਤੁਸੀਂ ਸਾਡੇ ਤੋਂ ਕੁਛ ਪੁੱਛਣਾ ਚਾਹੁੰਦੇ ਹੈ, ਤਾਂ ਸਾਨੂੰ ਕਾਲ ਵੀ। ਵੀਡੀਓ ਦੇ ਤੀਸਰੇ ਪਾਰਟ ਵੱਲ,
ਇਹਦੇ ਵਿੱਚ ਕਰਾਂਗੇ ਆਪਾਂ ਡਿਸਕਸ ਯੂਕੇ ਦੇ ਸਟੱਡੀ ਵੀਜ਼ੇ ਬਾਰੇ। ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਆਈਆਂ, ਇਹਦੇ ਵਿੱਚ ਤੁਹਾਨੂੰ ਇਹ ਡਿਸਕ੍ਰਾਈਬ ਕਰਨ ਲਈ ਅਸੀਂ ਇਹ ਪਾਰਟ ਬਣਾਇਆ। ਜੇ ਤੁਹਾਡੇ ਈਚ 5.5 ਬੈਂਡਸ ਨੇ ਅਤੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਅੱਜ ਹੀ ਸਾਨੂੰ ਸੰਪਰਕ ਕਰੋ, ਅਸੀਂ ਤੁਹਾਡਾ ਵੀਜ਼ਾ ਕਢਾਵਾਂਗੇ, ਪੈਕੇਜ ਕਰਕੇ ਕਢਾਵਾਂਗੇ, ਸਾਰੀ ਪੇਮੈਂਟ ਆਫਟਰ ਵੀਜ਼ਾ ਲਵਾਂਗੇ। ਅਤੇ ਸੈਕਿੰਡ, ਜੇ ਤੁਹਾਡੀ ਵਿਦਆਊਟ ਆਇਲਸ ਜਾਂ ਵਿਦਆਊਟ ਪੀ ਟੀ ਈ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਉਹ ਵੀ ਸਾਡੇ ਕੋਲ ਆਪਸ਼ਨਸ ਅਵੇਲੇਬਲ ਹੈਗੀਆਂ। ਪਲੱਸ ਟੂ ਵਾਲਿਆਂ ਲਈ ਵੀ ਪਈਆਂ ਸਾਡੇ ਕੋਲ, ਅਤੇ ਜੇ ਕਿਸੇ ਨੇ ਇੱਥੇ ਗ੍ਰੈਜੂਏਸ਼ਨ ਕਰੀ ਵੀ ਆ ਉਹਨਾਂ ਲਈ ਵੀ, ਮਾਸਟਰਸ ਲਈ ਸਾਡੇ ਕੋਲ ਕੋਰਸਿਸ ਪਏ ਹੈ, ਅਤੇ ਇਹਨਾਂ ਦਾ ਵੀ ਸਾਰਾ ਅਸੀਂ ਪੈਕੇਜ ਕਰਾਂਗੇ। ਤੁਸੀਂ ਯੂਕੇ ਵਿਦਆਊਟ ਆਇਲਸ ਵਿਦਆਊਟ ਪੀ ਟੀ ਜਾ ਸਕਦੇ ਹੋ। ਜੇ ਤੁਹਾਡੀ ਆਇਲਸ ਕਰੀ ਵੀ ਹੈ, ਈਚ 5.5 ਹੈਗੀ ਹੈ, ਉਹਦੇ ਵਿੱਚ ਵੀ ਸਾਡੇ ਕੋਲ ਯੂਕੇ ਜਾਣ ਲਈ ਆਪਸ਼ਨਸ ਪਈਆਂ ਨੇ, ਅਵੇਲੇਬਲ ਨੇ। ਆ ਕੇ ਸਾਨੂੰ ਮਿਲ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਸਾਡੇ ਨੰਬਰ ਲਗਾਤਾਰ ਥੱਲੇ ਸਕਰੀਨ 'ਤੇ ਚੱਲ ਰਹੇ ਹੋਣਗੇ, ਉੱਥੋਂ ਤੁਸੀਂ ਨੰਬਰ ਲੈ ਕੇ ਸਾਨੂੰ ਕਾਲ ਕਰ ਸਕਦੇ ਹੋ ਐਨੀ ਟਾਈਮ। ਤੁਹਾਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਚੀਜ਼ 'ਤੇ, ਯੂਕੇ ਦਾ ਮੈਂ ਫਿਰ ਦੁਹਰਾ ਰਿਹਾ, ਵੀਡੀਓ ਦੇ ਲਾਸਟ ਅਤੇ ਫੋਰਥ ਪੁਆਇੰਟ ਦੇ ਵੱਲ, ਇਹਦੇ ਵਿੱਚ ਆਪਾਂ ਡਿਸਕ੍ਰਾਈਬ ਕਰਾਂਗੇ ਪੈਕੇਜ, ਜੋ ਯੂਕੇ ਦਾ ਸਟੱਡੀ ਵੀਜ਼ਾ ਦਾ ਪੈਕੇਜ ਹੁੰਦਾ ਉਹ ਡਿਸਕ੍ਰਾਈਬ ਕਰਾਂਗੇ। ਵੈਸੇ ਮਾਰਕੀਟ 'ਚ ਬੜੇ ਤਰ੍ਹਾਂ ਦੇ ਪੈਕੇਜ ਚੱਲਦੇ ਆ, ਜਿੱਥੇ ਵੀ ਚੱਲ ਜਾਓ ਹਰ ਬੰਦੇ ਦਾ ਆਪਦਾ ਪੈਕੇਜ ਬਣਾਇਆ ਹੁੰਦਾ। ਸੋ ਪੈਕੇਜ ਦੇ ਵਿੱਚ ਕੀ ਹੋਣਾ ਚਾਹੀਦਾ, ਕੀ ਨਹੀਂ ਹੁੰਦਾ, ਇੱਕ ਜੈਨੂਇਨ ਪੈਕੇਜ ਕੀ ਹੁੰਦਾ, ਉਹ ਤੁਹਾਨੂੰ ਮੈਂ ਅੱਜ ਡਿਸਕ੍ਰਾਈਬ ਕਰੂੰਗਾ। ਇੱਕ ਜੈਨੂਇਨ ਪੈਕੇਜ ਦੇ ਵਿੱਚ ਤੁਹਾਡੀ ਜਿਹੜੀ 6 ਮਹੀਨਿਆਂ ਦਾ ਪੈਕੇਜ ਦੀ ਫੀਸ ਹੋ ਜਾਂਦੀ ਹੈ ਜਾਂ ਸਾਲ ਦੀ ਫੀਸ ਨਾਲ ਪੈਕੇਜ ਹੋ ਜਾਂਦਾ, ਦੋਹਾਂ ਤਰੀਕਿਆਂ ਨਾਲ ਪੈਕੇਜ ਹੋ ਜਾਂਦਾ, ਉਹ ਐਂਡ ਅਮਾਊਂਟ 'ਤੇ ਇੱਕ ਫਰਕ ਪੈ ਜਾਂਦਾ। ਹੋਰ ਚੀਜ਼ਾਂ ਦੇ ਜੋ ਇਨਕਲੂਡ ਹੁੰਦੀਆਂ, ਬੱਚੇ ਦਾ ਇੰਸ਼ੋਰੈਂਸ ਵਿੱਚ ਇਨਕਲੂਡ ਹੁੰਦਾ ਅਤੇ ਅੰਬੈਸੀ ਫੀਸ ਵਿੱਚ ਇਨਕਲੂਡ ਹੁੰਦੀ ਹੈ। ਤੁਸੀਂ ਐਵਰੀ ਈਚ ਸਿੰਗਲ ਪੈਨੀ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਹੈ। ਤੁਹਾਡਾ ਸ਼ੁਰੂ 'ਚ ਇੱਕ ਵੀ ਪੈਸਾ ਨਾ ਲੱਗੇ, ਇੱਕ ਵੀ ਰੁਪਈਆ ਨਾ ਲੱਗੇ, ਅਤੇ ਤੁਸੀਂ ਜਦੋਂ ਵੀਜ਼ਾ ਹੱਥ 'ਚ ਲਓ ਉਦੋਂ ਤੁਸੀਂ ਸਾਨੂੰ ਪੈਸੇ ਦਿਓ, ਉਹ ਹੁੰਦਾ ਸਹੀ ਪੈਕੇਜ। ਮਾਰਕੀਟ 'ਚ ਬੜੇ ਤਰ੍ਹਾਂ ਦੇ ਪੈਕੇਜ ਹੈ। ਮੰਨ ਲਓ ਕਿ ਕੋਈ ਕਹਿੰਦਾ ਮੈਨੂੰ 2 ਲੱਖ ਪਹਿਲਾਂ ਦੇ ਦਿਓ ਜੀ, ਮੈਨੂੰ 3 ਲੱਖ ਪਹਿਲਾਂ ਦੇ ਦਿਓ ਜੀ, ਪੈਕੇਜ ਸ਼ੁਰੂ ਕਰ ਦਿੰਦੇ ਹਾਂ, ਪ੍ਰੋਸੈਸ ਸ਼ੁਰੂ ਕਰ ਦਿੰਦੇ ਹਾਂ। ਜੋ ਸਾਡੀ ਸੰਸਥਾ ਪੈਕੇਜ ਕਰਦੀ ਹੈ ਉਹ ਟੋਟਲੀ 0 ਰੁਪੀਜ਼ ਨਾਲ ਸ਼ੁਰੂ ਕਰਦੀ ਹੈ, ਅਤੇ ਜਦੋਂ ਤੁਹਾਡਾ ਵੀਜ਼ਾ ਤੁਹਾਨੂੰ ਅਸੀਂ ਕੱਢ ਕੇ ਦੇ ਦਿੰਦੇ ਹਾਂ, ਵੈਸੇ ਤੋਂ ਵੀਜ਼ਾ ਅਪਰੂਵ ਕਰਾ ਕੇ ਦੇ ਦਿੰਦੇ ਹਾਂ, ਉਦੋਂ ਬਾਅਦ 'ਚ ਅਸੀਂ ਪਹਿਲਾਂ ਵਾਲੀ ਨਿਰਧਾਰਤ ਕੀਤੀ ਹੋਈ ਆਪਦੀ ਅਮਾਊਂਟ ਲਵਾਂਗੇ। ਇਹ ਹੈ ਸਾਡਾ ਪੈਕੇਜ ਦਾ ਸਿਸਟਮ। ਜੇ ਕੋਈ ਵੀ ਬੱਚਾ ਯੂਕੇ ਜਾਣ 'ਚ ਇੰਟਰਸਟਡ ਹੈ, ਓਵਰਆਲ 5.5 ਹੈ, ਈਚ 5.5 ਹੈ, ਵਿਦਆਊਟ ਆਇਲਸ ਵਿਦਆਊਟ ਪੀ ਟੀ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਸਾਨੂੰ ਅੱਜ ਹੀ ਸੰਪਰਕ ਕਰੋ, ਅਸੀਂ ਤੁਹਾਡਾ ਸਾਰਾ ਖਰਚਾ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਪੈਕੇਜ ਕਰਕੇ ਤੁਹਾਨੂੰ ਯੂਕੇ ਭੇਜਾਂਗੇ। ਇੱਕ ਹੋਰ ਸਾਨੂੰ ਪਾਰਟ ਬਣਾਉਣਾ ਪਿਆ ਵੀਡੀਓ ਦਾ, ਕਿਉਂਕਿ ਸਾਡੇ ਕੋਲ ਬਹੁਤ ਕੁਐਸਚਨਸ ਆਏ ਸੀ ਇਸ ਬਾਰੇ, ਇਹ ਤੁਹਾਨੂੰ ਅਸੀਂ ਐਕਸਪਲੇਨ ਕਰ ਦਿੰਦੇ ਹਾਂ ਇੱਕ ਵਾਰ। ਜੋ ਯੂਕੇ ਆ ਉਹਨੇ ਓਪਨ ਵਰਕ ਪਰਮਿਟ ਸਪਾਊਸ ਵੀਜ਼ਾ ਉਹ ਬੰਦ ਕਰਤਾ, ਈਵਨ ਮਾਸਟਰਸ ਵਾਲਿਆਂ ਲਈ। ਸੋ ਉਹ ਕਿਵੇਂ ਉਹਨਾਂ ਦਾ ਸਪਾਊਸ ਬਾਹਰ ਜਾ ਸਕਦਾ, ਨਹੀਂ ਜਾ ਸਕਦਾ, ਇਹ ਐਕਸਪਲੇਨ ਕਰਨ ਲੱਗੇ ਆਪਾਂ ਤੁਹਾਨੂੰ। ਯੂਕੇ 'ਚ ਦੇਖੋ ਮਾਸਟਰਸ ਡਿਗਰੀ ਹਾਰਡਲੀ 1 ਤੋਂ 1.5 ਸਾਲ ਦੀ ਹੁੰਦੀ ਹੈ। ਕੋਈ ਯੂਨੀਵਰਸਿਟੀ ਹੈ ਜਿਹਦੇ 'ਚ 2 ਸਾਲ ਦੀ ਹੋਵੇ, ਮੋਸਟਲੀ ਜ਼ਿਆਦਾਤਰ 90% ਯੂਨੀਵਰਸਿਟੀਜ਼ 'ਚ 1 ਸਾਲ ਦੀ ਡਿਗਰੀ ਹੁੰਦੀ ਹੈ ਤੁਹਾਡੀ ਮਾਸਟਰਸ ਦੀ। ਸੋ ਜਦੋਂ ਬੱਚਾ ਇੱਥੋਂ ਜਾਂਦਾ ਉਦੋਂ ਸਪਾਊਸ ਨਾਲ ਨਹੀਂ ਲੈ ਕੇ ਜਾ ਸਕਦਾ, ਤੁਸੀਂ ਉੱਥੇ ਜਾ ਕੇ ਆਪਣਾ 1 ਸਾਲ ਦਾ ਕੋਰਸ ਪੂਰਾ ਕਰੋ ਜਿਹੜਾ ਮਾਸਟਰਸ ਵਾਲਾ, ਉਦੋਂ ਬਾਅਦ 'ਚ ਤੁਹਾਡਾ ਉੱਥੇ ਓਪਨ ਵਰਕ ਪਰਮਿਟ ਅਪਲਾਈ ਹੋ ਜਾਂਦਾ। ਸਟੱਡੀ ਤੋਂ ਬਾਅਦ ਇਹ ਰੂਲ ਹੈ ਯੂਕੇ ਦਾ, ਉਹ ਸਾਰਿਆਂ ਬੱਚਿਆਂ ਨੂੰ ਓਪਨ ਵਰਕ ਪਰਮਿਟ ਦਿੰਦੇ ਆ ਜੇ ਤੁਸੀਂ ਗ੍ਰੈਜੂਏਸ਼ਨ ਜਾਂ ਆਪਣੀ ਮਾਸਟਰਸ ਕੰਪਲੀਟ ਕਰੀ ਹੈ, ਉਦੋਂ ਬਾਅਦ 'ਚ ਤੁਹਾਨੂੰ ਓਪਨ ਵਰਕ ਪਰਮਿਟ ਮਿਲਦਾ। ਇੱਕ ਛੋਟੀ ਜਿਹੀ ਫੀਸ ਹੁੰਦੀ ਹੈ, ਉਹ ਭਰ ਕੇ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ। ਜਦੋਂ ਤੁਹਾਡਾ ਸਟੇਟਸ ਸਟੂਡੈਂਟ ਤੋਂ ਓਪਨ ਵਰਕ ਪਰਮਿਟ 'ਚ ਹੋ ਜਾਂਦਾ, ਉਦੋਂ ਤੁਸੀਂ ਆਪਦੇ ਸਪਾਊਸ ਨੂੰ ਬੁਲਾਉਣ ਲਈ ਐਲੀਜੀਬਲ ਹੋ ਜਾਂਦੇ ਹੋ। ਉਦੋਂ ਤੁਹਾਡੇ 'ਤੇ ਸਟੂਡੈਂਟ ਵਾਲੀਆਂ ਸ਼ਰਤਾਂ ਨਹੀਂ ਲਾਗੂ ਹੁੰਦੀਆਂ, ਉਦੋਂ ਤੁਸੀਂ ਓਪਨ ਵਰਕ ਪਰਮਿਟ 'ਤੇ ਹੁੰਦੇ ਹੋ, ਉਦੋਂ ਤੁਸੀਂ ਖੁਦ ਆਪਦੇ ਸਪਾਊਸ ਦੇ ਸਪੋਂਸਰ ਬਣ ਕੇ ਅਤੇ ਆਪਦੇ ਸਪਾਊਸ ਨੂੰ ਆਪਦੇ ਕੋਲ ਬੁਲਾ ਸਕਦੇ ਹੋ। ਥੈਂਕ ਯੂ ਵੈਰੀ ਮੱਚ ਜੀ, ਇਹ ਸੀ ਅੱਜ ਦੀ ਸਾਡੀ ਵੀਡੀਓ। ਜੇ ਕਿਸੇ ਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ।